ਇਹ ਜਿਹੜੀ ਕਾਮਾਗਾਟਾ ਮਾਰੂ ਕੰਪਨੀ ਸੀ, ਕੰਪਨੀ ਨੇ ਇਹ ਨਿਰਦੇਸ਼ ਦਿੱਤਾ ਕਿ ਜਾਂ ਤਾਂ ਸਾਡਾ ਭਾੜਾ ਪੇ ਕਰੋ ਨਹੀਂ ਤਾਂ ਜਹਾਜ਼ ਖਾਲੀ ਕਰੋ। ਕੰਪਨੀ ਦਾ ਕਪਤਾਨ ਇੱਥੋਂ ਦੀ ਸਰਕਾਰ ਦੇ ਨਾਲ ਰਲ ਗਿਆ। ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਪੈਸੇ ਦੇ ਰਹੇ ਹਾਂ, ਸਾਨੂੰ ਤੁਸੀਂ ਤੰਗ ਕਰ ਰਹੇ ਹੋ। ਇੱਥੇ ਖਾਲਸਾ ਦੀਵਾਨ ਸੁਸਾਇਟੀ ਉਸ ਵੇਲੇ ਜਿਹੜੀ ਸੰਸਥਾ ਸੀ ਉਸਦੇ ਮੁਖੀ ਸਨ ਭਾਈ ਭਾਗ ਸਿੰਘ ਜੀ, ਪ੍ਰਧਾਨ ਸਨ, ਉਹਨਾਂ ਨਾਲ ਹਸਨ ਰਹੀਮ ਉਹਨਾਂ ਦੇ ਦੋਸਤ ਸਨ। ਲੋਕਾਂ ਨੇ ਪੈਸੇ ਇਕੱਠੇ ਕੀਤੇ ਅਤੇ ਕੰਪਨੀ ਨੂੰ ਭਾੜਾ ਦਿੱਤਾ ਅਤੇ ਪਟਾ ਜਿਹੜਾ ਸੀ ਬਾਬਾ ਗੁਰਦਿੱਤ ਸਿੰਘ ਦੇ ਨਾਂ ਤੋਂ ਆਪਣੇ ਨਾਂ 'ਤੇ ਬਦਲ ਲਿਆ। ਉਸ ਤੋਂ ਬਾਅਦ ਇਹ ਇੱਥੋਂ ਦੀ ਕਨੇਡਾ ਦੀ ਜਿਹੜੀ ਸਿੱਖ ਕਮਿਊਨਿਟੀ ਉਸ ਦਾ ਹੋ ਗਿਆ, ਜਿਸ ਦੇ ਵਿੱਚ ਸਿੱਖਾਂ ਦੇ ਨਾਲ ਹੀ ਅਨਡਿਵਾਈਡਡ ਪੰਜਾਬ ਦੀ ਗੱਲ ਮੈਂ ਕਰਦਾ, ਪੰਜਾਬ ਉਦੋਂ ਸਾਂਝਾ ਸੀ। ਈਵਨ ਇੰਡੀਆ ਦੇ ਜਿਹੜੇ ਟੁਕੜੇ ਹੋਏ ਆ ਉਹ ਉਸ ਵੇਲੇ ਨਹੀਂ ਸਨ, ਇੱਕ ਸੀ, ਚਾਹੇ ਪਾਕਿਸਤਾਨ, ਬੰਗਲਾਦੇਸ਼ ਜਾਂ ਇੰਡੀਆ, ਅਤੇ ਸਾਂਝੇ ਪੰਜਾਬ ਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ ਸਾਰੇ ਸਨ ਇਕੱਠੇ। ਸੋ ਅਖੀਰ ਨੂੰ ਇਹ ਫੈਸਲਾ ਹੋਇਆ ਕਿ ਜਹਾਜ਼ ਸਾਡਾ, ਹੁਣ ਤੁਸੀਂ ਸਾਡੀ ਪਰਮਿਸ਼ਨ ਤੋਂ ਬਿਨਾਂ ਮੋੜ ਨਹੀਂ ਸਕਦੇ। ਅਤੇ ਜਿੱਦਣ ਧੱਕੇ ਨਾਲ ਜਹਾਜ਼ ਮੋੜਿਆ ਗਿਆ, ਭਾਈ ਭਾਗ ਸਿੰਘ ਜੀ ਸੁਮਸ ਜੇਲ੍ਹ ਦੇ ਵਿੱਚ ਸਨ, ਉਹਨਾਂ ਨੇ ਇਸ ਗੱਲ 'ਤੇ ਅੜੇ ਰਹੇ ਕਿ ਜਹਾਜ਼ ਨਹੀਂ ਮੁੜਨਾ ਚਾਹੀਦਾ, ਨਹੀਂ ਤਾਂ ਮੈਨੂੰ ਪ੍ਰਤੀ ਮੁਸਾਫਰ ਜਿਹੜਾ $125 ਕਿਰਾਇਆ ਅਤੇ 376 ਮੁਸਾਫਰ ਨੇ, ਮੇਰਾ ਖਰਚਾ $35,000 ਦਿਓ ਇੱਥੇ, ਜਿੰਨਾ ਹੁਣ ਤੱਕ ਅਸੀਂ ਪੇ ਕੀਤਾ। ਪਤਿਆ ਲਿਆ ਗਿਆ ਸ਼ਗਨ ਵਰਮਾ, ਜਿਨ੍ਹਾਂ ਦਾ ਨਾਂ ਹਸਨ ਰਹੀਮ ਸੀ, ਧੱਕੇ ਨਾਲ ਜਹਾਜ਼ ਮੋੜ ਦਿੱਤਾ ਗਿਆ। ਤੁਸੀਂ ਇਹ ਦੇਖੋ ਕਿ ਜੇ ਅੱਜ ਉਸ ਇਬਜ਼ਾਨੇ ਦੀ ਗੱਲ ਕਰੀਏ ਜਿਹੜਾ ਕੈਨੇਡਾ ਦੀ ਸਾਡੀ ਕਮਿਊਨਿਟੀ ਦਾ, ਹੁਣ ਤੱਕ ਜੇ ਉਹਨੂੰ ਵਿਆਜ ਦਰ ਵਿਆਜ ਦੇਖੀਏ ਤਾਂ ਉਹ $400-500 million ਬਣ ਜਾਂਦਾ, ਜਿਸ ਦੀ ਡੋਮੀਨੀਅਨ ਕੈਨੇਡਾ ਹਕੂਮਤ ਸਾਡੀ ਦੇਣਦਾਰ ਹੈ। ਇਹ ਗੱਲ ਹਕੀਕਤ ਹੈ, ਤੱਥਾਂ ਦੇ ਆਧਾਰ 'ਤੇ ਹੈ ਕਿ ਗੁਰੂ ਨਾਨਕ ਜਹਾਜ਼ ਦਾ ਇਹ ਸਫ਼ਰ ਜਿਹੜਾ ਹੈ ਅਸੀਂ ਕਈ ਵਾਰੀ ਟੋਟਿਆਂ 'ਚ ਦੇਖਦੇ ਹਾਂ, ਜੇ ਮੁਕੰਮਲ ਤੌਰ 'ਤੇ ਦੇਖੀਏ ਵਧੀਕੀਆਂ ਦਾ ਵੀ ਹੈ, ਧੱਕੇਸ਼ਾਹੀ ਦਾ, ਨਸਲਵਾਦ ਦਾ, ਆਰਥਿਕ ਧੱਕੇਸ਼ਾਹੀ ਦਾ ਵੀ ਹੈ, ਜਿਸ ਨੂੰ ਕਿ ਅਸੀਂ ਕਦੇ ਵਿਚਾਰਿਆ ਨਹੀਂ। ਟੋਟਲ ਕਿੰਨੇ